ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਜੋ ਐਡੀਸ਼ਨਲ ਪੰਜਾਬੀ ਦਾ ਪੇਪਰ April 2024 ਵਿੱਚ ਹੋਇਆ ਸੀ ਉਸ ਦਾ ਰਿਜ਼ਲਟ ਅਸੀਂ ਕਿਵੇਂ ਡਾਊਨਲੋਡ ਕਰ ਸਕਦੇ ਹਾਂ ਜਾਂ ਕਿਵੇਂ ਚੈੱਕ ਕਰ ਸਕਦੇ ਹਾਂ ਕਿਸੇ ਵੈਬ ਬ੍ਰਾਊਜ਼ਰ ਨੂੰ ਓਪਨ ਕਰੋ ਇਸ ਵਿੱਚ ਟਾਈਪ ਕਰੋ pscb.ac.in ਤੇ ਸਰਚ ਕਰੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਫੀਸ਼ੀਅਲ ਵੈੱਬਸਾਈਟ ਨੂੰ ਓਪਨ ਕਰੋ ਦੋਸਤੋ ਜੇਕਰ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਰਿਜ਼ਲਟ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ 3 ਲਾਈਨਸ ਤੇ ਕਲਿੱਕ ਕਰੋ ਰਿਜ਼ਲਟ ਆਪਸ਼ਨ ਤੇ ਕਲਿੱਕ ਕਰੋ ਰਿਜ਼ਲਟ ਆਫ ਪੰਜਾਬੀ ਐਡੀਸ਼ਨਲ ਸਪੈਸ਼ਲ ਐਗਜ਼ਾਮ April 2024 ਇਸ ਤੇ ਕਲਿੱਕ ਕਰੋ ਬੈਚ ਸਿਲੈਕਟ ਕਰੋ ਸੱਚ ਬਾਈ ਰੋਲ ਨੰਬਰ ਜਾਂ ਰੈਫਰੈਂਸ ਨੰਬਰ ਜਿਸ ਵੀ ਆਪਸ਼ਨ ਨੂੰ ਤੁਸੀਂ ਸਿਲੈਕਟ ਕੀਤਾ ਹੈ ਉਸ ਦੀ ਡਿਟੇਲ ਫਿਲ ਕਰੋ ਤੇ ਸਰਚ ਆਪਸ਼ਨ ਤੇ ਕਲਿੱਕ ਕਰੋ ਤੁਹਾਡਾ ਰਿਜ਼ਲਟ ਸ਼ੋ ਹੋ ਜਾਵੇਗਾ ਦੋਸਤੋ ਐਡੀਸ਼ਨਲ ਪੰਜਾਬੀ ਦਾ ਪੇਪਰ ਸਾਲ ਵਿੱਚ ਕਿੰਨੀ ਵਾਰ ਹੁੰਦਾ ਹੈ ਇਸ ਸਬੰਧੀ ਵੀਡੀਓ ਤੁਸੀਂ ਉੱਪਰ ਆਈ ਬਟਨ ਤੋਂ ਦੇਖ ਸਕਦੇ ਹੋ ਜਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਵੀਡੀਓ ਦਾ ਲਿੰਕ ਪਾ ਦਵਾਂਗਾ ਜਿੱਥੋਂ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਕੀਪ ਲਰਨਿੰਗ ਲਰਨ ਮੋਰ ਥੈਂਕ ਯੂ